ਸਾਡਾ ਫਗਵਾੜੇ ਸ਼ੋ ਸੀ ਐਂਡ ਅਸੀਂ ਉਹਨਾਂ ਦੇ ਪਹਿਲੋਂ ਵੀ ਲਾਇਆ ਸੀ, ਪਿਛਲੀ ਵਾਰੀ ਸ਼ੋ ਲਾਇਆ ਸੀ ਤੇ ਉਹ ਮੈਨੂੰ ਜਦੋਂ ਉਹਨਾਂ ਨੇ ਉਹ ਆਪਣੀ ਰਿੰਗ ਲਾ ਕੇ ਨਾ ਮੇਰੇ ਹੱਥ 'ਚ ਪਾਤੀ, ਕਾਫੀ ਲਾਈਕ ਮੈਚਿਓਰ ਸੀਗੇ ਏਜ ਸੀ, ਤੇ ਉਹ ਰਿੰਗ ਪਾ ਕੇ ਮੈਨੂੰ ਕਹਿੰਦੇ ਵੀ ਅਜੇ ਦੋ ਮੁੰਦਰੀਆਂ ਤੇਰੀਆਂ ਹੋਰ ਆ, ਇਹਦਾ ਮਤਲਬ ਵੀ ਦੋ ਖਾਣੇ ਤੇਰੇ ਹੋਰ ਲਵਾਉਣੇ ਹੈ ਨਾ। ਸੋ ਬੜਾ ਪ੍ਰਾਊਡ ਹੁੰਦਾ ਦੇਖੋ ਇਸ ਤੋਂ ਖੂਬਸੂਰਤ, ਜਿੱਦਾਂ ਹਰਭਜਨ ਬਾਈ ਕਈ ਵਾਰੀ ਗੱਲ ਕਰਦੇ ਹੁੰਦੇ ਕਿ ਕਲਾਕਾਰ ਨੂੰ ਭਾਵੇਂ ਤੁਸੀਂ 10 ਲੱਖ 20 ਲੱਖ ਦੇ ਦਿਓ, ਜਦੋਂ ਤੁਸੀਂ ਉਹਨੂੰ ਗਾਉਂਦੇ ਨੂੰ 10 ਰੁਪਏ ਫੜਾਉਂਦੇ ਹੋ ਨਾ, ਤਾਂ ਉਹ ਮਨੀ ਜਿਹੜੀ ਆ ਉਹ 10 ਲੱਖ ਤੋਂ ਵੀ ਵੱਡੀ ਹੁੰਦੀ, ਕਿਉਂਕਿ ਤੁਸੀਂ ਕਿਤੇ ਨਾ ਕਿਤੇ ਮਜਬੂਰ ਹੋਏ ਉੱਠਣ ਲਈ, ਵੀ ਕੁਛ ਨਾ ਕੁਛ ਤੇ ਤੁਹਾਨੂੰ ਚੰਗਾ ਲੱਗਾ ਜਿਹੜਾ ਤੁਸੀਂ ਉੱਠ ਕੇ ਆ ਕੇ ਉਹਨੂੰ ਪਿਆਰ ਦਿੱਤਾ ਆ। ਸੋ ਮੈਂ ਸਮਝਦਾ ਕਿ ਬੜੀ ਵੱਡੀ ਇਹ ਗੱਲ ਹੁੰਦੀ ਆ ਕਿ ਕੋਈ ਤੁਹਾਨੂੰ ਪਿਆਰ ਕਰੇ। ਅੱਜ ਦੀ ਡੇਟ 'ਚ ਤਾਂ ਪਿਆਰ ਵੈਸੇ ਬੜੀ ਕੀਮਤੀ ਔਰ ਬੜੀ ਵਡਮੁੱਲੀ ਚੀਜ਼, ਮੇਰੇ ਖਿਆਲ ਤੋਂ ਉਹਨਾਂ ਸਭ ਤੋਂ ਔਖਾ ਭਾਈ ਇਹ ਲੱਭਣਾ, ਕਿਉਂਕਿ ਬੜੀ ਨੈਗੇਟਿਵਿਟੀ ਦੇ ਅਰਾਊਂਡ ਤੁਹਾਨੂੰ ਇਹ ਚੀਜ਼ਾਂ ਨਾ, ਪਹਿਲਾਂ ਪਿਆਰ ਹਰ ਕਿਸੇ ਥਾਂ 'ਤੇ ਸਾਨੂੰ ਮਿਲ ਜਾਂਦਾ ਸੀਗਾ, ਅੱਜ ਸਾਨੂੰ ਲੱਭਣਾ ਪੈਂਦਾ ਕਿ ਬਈ ਕਿਤੋਂ ਪਿਆਰ ਮਿਲ ਜਾਏ, ਕਿਉਂਕਿ ਆਸੇ ਪਾਸੇ ਬੜੀ ਨੈਗੇਟਿਵਿਟੀ ਇਨਸਾਨ ਦੇ ਹੈ ਆਮ ਬੰਦੇ ਦੀ ਜ਼ਿੰਦਗੀ 'ਚ, ਵੈਸੇ ਹੀ ਕਲਾਕਾਰ ਦੀ ਜ਼ਿੰਦਗੀ 'ਚ ਤਾਂ ਵੈਸੇ ਹੀ ਬਹੁਤ ਆ, ਬੜੀ ਸਾਰੀ ਹਰਡਲਸ ਸਾਹਮਣਾ ਕਰਨਾ ਪੈਂਦਾ। ਗੁੱਗੀ ਭਾਅ ਜੀ ਬਿਲਕੁਲ ਜੀ, ਆਰਟਿਸਟ ਲਈ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਜਦੋਂ ਲੋਕ ਆਪਣਾ ਪਿਆਰ ਸ਼ੋਅ ਕਰਨ ਲਈ ਤਰੀਕਾ ਲੱਭਣ ਵੀ ਮੈਂ ਕਿੱਦਾਂ ਦੱਸਾਂ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ। ਹੁਣ ਜਿਹੜੇ ਬੰਦੇ ਨੇ ਰਿੰਗ ਲਾ ਕੇ ਦਿੱਤੀ ਉਹਦਾ ਉਹ ਇੱਕ ਸਿੰਬਲ ਹੈ, ਰਿੰਗ ਦੀ ਕੀਮਤ ਦੀ ਗੱਲ ਨਹੀਂ ਹੈ, ਰਿੰਗ ਕਿੰਨੇ ਦੀ 50-60-70 ਹਜ਼ਾਰ ਲੱਖ ਰੁਪਏ 2 ਲੱਖ ਦੀ ਹੋ ਸਕਦੀ ਹੈ, ਪਰ ਉਹ ਸਿੰਬਲ ਪਤਾ ਕਿਹੜੀ ਚੀਜ਼ ਹੈ ਕਿ ਹੁਣ ਉਹ ਵਿਚਾਰਾ ਬੈਠਾ ਕਿਡਨੀ ਤਾਂ ਕੱਢ ਕੇ ਦੇ ਨਹੀਂ ਸਕਦਾ ਆਪਣੀ, ਹੈ ਨਾ, ਵੀ ਉੱਥੋਂ ਮੋਢਾ ਲਾ ਕੇ ਦੇ ਦੇਵੇ ਵੀ ਇਹਦੋਂ ਲੈ ਜਾ, ਉਹ ਦੇਖ ਰਿਹਾ ਕਿ ਮੇਰੇ ਕੋਲ ਬਿਹਤਰ, ਲੋਕ 100-500 ਹਜ਼ਾਰ 2 ਹਜ਼ਾਰ ਵੀ ਸੁੱਟ ਰਹੇ ਨੇ, ਪਰ ਉਹ ਦੱਸਣਾ ਚਾਹੀਦਾ ਕਿ ਮੈਂ ਸਭ ਤੋਂ ਵੱਧ ਤੈਨੂੰ ਪਿਆਰ ਕਰਦਾ। ਅੱਛਾ, ਔਰਨਾਮੈਂਟ ਐਸੀ ਚੀਜ਼ ਹੁੰਦੀ ਹੈ, ਉਹਦੇ ਨਾਲ ਤੁਹਾਡੀ ਕਿ ਇਮੋਸ਼ਨਲ ਅਟੈਚਮੈਂਟ ਵੀ ਹੁੰਦੀ ਹੈ ਜੀ, ਉਹ ਕੋਈ ਰਿੰਗ ਪਾਈ ਹੁੰਦੀ ਨਾ ਉਹ ਤੁਹਾਡੀ ਇਮੋਸ਼ਨਲ, ਕਈ ਜਿੱਦਾਂ ਹੁਣ ਇਹ ਘੜੀ ਇਹਨੇ ਬਣੀ, ਘੜੀ ਨਾਲ ਵੀ ਇਮੋਸ਼ਨਲ ਅਟੈਚਮੈਂਟ, ਮੇਰੀ ਉਹ ਕਿੱਥੇ ਗਈ ਘੜੀ, ਤੁਹਾਡੇ ਕੋਲ 100 ਘੜੀਆਂ ਹੁਣ ਤੁਸੀਂ ਚੁਣ ਕੇ ਪਾਉਂਦੇ ਹੋ, ਹੈ ਨਾ, ਉਹ ਲਾ ਕੇ ਦੇਣ ਦਾ ਮਤਲਬ ਕਿ ਮੇਰੇ ਕੋਲ ਇਸ ਸਮੇਂ ਜੋ ਮੇਰਾ ਬੈਸਟ ਹੈਗਾ ਮੈਂ ਤੈਨੂੰ ਅਰਪਿਤ ਕਰਦਾ, ਅਰਪਣ ਹੈ ਉਹ, ਉਹ ਵਾਰ ਕੇ ਪੈਸੇ ਨਹੀਂ ਸੁੱਟੇ ਗਏ, ਅਰਪਣ ਕੀਤਾ ਵੀ ਮੇਰੇ ਕੋਲ ਆਹ ਬੈਸਟ ਸੀ। ਉਹ ਮੇਰੇ ਖਿਆਲ ਨਾਲ ਕਿਸੇ ਆਰਟਿਸਟ ਦੀ ਸਭ ਤੋਂ ਵੱਧ ਕਮਾਈ ਐਸੀ ਹੈ, ਔਰ ਉਹ ਕਮਾਈ ਜੇ ਤਾਂ ਛਾਪਾ ਵੀ ਨਹੀਂ ਪੈ ਸਕਦਾ, ਜਿਹਨੂੰ ਕੋਈ ਕਹੇ ਕਿ ਮੈਂ ਆ ਗਿਆ ਅਤੇ ਇਹਨੂੰ ਮੈਂ ਲੈ ਗਿਆ ਤੇਰੇ ਕੋਲੋਂ, ਜਾਂ ਉਹਨੂੰ ਕੋਈ ਅੱਗੋਂ ਵਿਰਾਸਤ ਵਿੱਚ ਮੈਂ ਆਪਣੇ ਬੱਚੇ ਨੂੰ ਨਹੀਂ ਦੇ ਸਕਦਾ ਵੀ ਆਹ ਤੂੰ ਲੈ ਲੈ ਮੇਰੀ ਕਮਾਈ, ਮੇਰੀ ਬਾਕੀ ਕਮਾਈ ਤਾਂ ਮੇਰੇ ਬੱਚੇ ਇੰਜੋਏ ਕਰ ਸਕਦੇ ਆ, ਪਰ ਮੇਰੀ ਜਿਹੜੀ ਇਹ ਕਮਾਈ ਹੈ ਨਾ ਇਹ ਮੇਰੀ ਇੰਡੀਵਿਜੁਅਲ ਹੈ, ਇਹ ਨਾ ਮੈਂ ਆਪਣੇ ਫਾਦਰ ਸਾਹਿਬ ਨੂੰ ਦੇ ਸਕਦਾ ਨਾ ਆਪਣੇ ਬੱਚੇ ਨੂੰ ਦੇ ਸਕਦਾ। ਅਖਾੜਿਆਂ ਦੀ ਜ਼ਿੰਦਗੀ ਤੁਹਾਡੀ ਬੜੀ ਸੋਹਣੀ ਅਤੇ ਰੂਹਾਨੀ ਭਰੀ ਲੱਗਦੀ ਆ, ਜਿਹੜੇ ਵੀ ਲੋਕ ਮਿਊਜ਼ਿਕ ਨੂੰ ਪਿਆਰ ਕਰਦੇ ਨੇ ਸਪੈਸ਼ਲੀ, ਐਂਡ ਜਿਹੜੇ ਲੋਕ ਪੰਜਾਬੀ ਮਿਊਜ਼ਿਕ ਨੂੰ ਪਿਆਰ ਕਰਦੇ ਨੇ ਜੀ, ਮਿਊਜ਼ਿਕ ਚਾਹੇ ਕਿਸੇ ਵੀ ਤਰੀਕੇ ਦਾ ਹੋਵੇ, ਬਟ ਪੰਜਾਬ 'ਚ ਸਪੈਸ਼ਲੀ ਤੁਹਾਡੇ ਅਖਾੜਿਆਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਵੀ ਹੁੰਦੀ ਹੈ ਕਿਉਂਕਿ ਭਾਅ ਜੀ ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਐਗਰੀ ਕਰੋਗੇ ਕਿ ਜਦੋਂ ਕਲਾਕਾਰ ਅਖਾੜਾ ਲਾ ਰਿਹਾ ਹੋਵੇ ਨਾ, ਜਦੋਂ ਲੋਕਾਂ ਦਾ ਪਿਆਰ ਇਸ ਹੱਦ ਤੱਕ ਉਹਨਾਂ ਦੇ ਕੋਲ ਆ ਜਾਂਦਾ ਕਿ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਆਪਣੇ ਵੱਲੋਂ ਯੂ ਨੋ ਦਿੰਦੇ ਨੇ ਉਹ, ਰਾਦਰ ਦੈਨ ਜੋ ਵੀ ਉਹਨਾਂ ਦੀ ਪੇਮੈਂਟ ਹੈਗੀ ਉਸ ਤੋਂ ਅਲੱਗ ਚੀਜ਼। ਮੈਂ ਇੱਕ ਸਟੋਰੀ ਦੇਖੀ ਸੀ ਕਿ ਬਾਬਾ ਭਾਈ ਨੇ ਪਾਈ ਸੀਗੀ ਕਿ ਇੱਕ ਬੰਦੇ ਨੇ ਸੋਨੇ ਦੀ ਮੁੰਦਰੀ ਬਾਬਾ ਭਾਈ ਨੂੰ ਗਿਫਟ ਦਿੱਤੀ ਸੀ, ਕਿਉਂਕਿ ਉਹ ਉਹ ਚੀਜ਼ ਮੇਰੇ ਖਿਆਲ ਤੋਂ ਆਪਣੀ ਰਿੰਗ ਲਾ ਕੇ ਨਾ ਮੇਰੇ ਹੱਥ ਚ ਪਾਤੀ, ਕਾਫੀ ਲਾਈਕ ਮੈਚਿਓਰ ਸੀਗੇ ਏਜ ਸੀ, ਤੇ ਉਹ ਰਿੰਗ ਪਾ ਕੇ ਮੈਨੂੰ ਕਹਿੰਦੇ ਵੀ ਅਜੇ ਦੋ ਮੁੰਦਰੀਆਂ ਤੇਰੀਆਂ ਹੋਰ ਆ, ਇਹਦਾ ਮਤਲਬ ਦੋ ਖਾਣੇ ਤੇਰੇ ਹੋਰ ਲਵਾਉਣੇ ਹੈ ਨਾ। ਸੋ ਬੜਾ ਪ੍ਰਾਊਡ ਹੁੰਦਾ ਦੇਖੋ ਇਸ ਤੋਂ ਖੂਬਸੂਰਤ, ਜਿੱਦਾਂ ਹਰਭਜਨ ਬਾਈ ਕਈ ਵਾਰੀ ਗੱਲ ਕਰਦੇ ਹੁੰਦੇ ਕਿ ਕਲਾਕਾਰ ਨੂੰ ਭਾਵੇਂ ਤੁਸੀਂ 10 ਲੱਖ 20 ਲੱਖ ਦੇ ਦਿਓ, ਜਦੋਂ ਤੁਸੀਂ ਉਹਨੂੰ ਗਾਉਂਦੇ ਨੂੰ 10 ਰੁਪਏ ਫੜਾਉਂਦੇ ਹੋ ਨਾ, ਤਾਂ ਉਹ
ਮਨੀ ਜਿਹੜੀ ਆ ਉਹ 10 ਲੱਖ ਤੋਂ ਵੀ ਵੱਡੀ ਹੁੰਦੀ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਮਜਬੂਰ ਹੋਏ ਹੋ ਉੱਠਣ ਲਈ ਵੀ ਕੁਛ ਨਾ ਕੁਛ ਤਾਂ ਤੁਹਾਨੂੰ ਚੰਗਾ ਲੱਗਾ ਜਿਹੜਾ ਤੁਸੀਂ ਉੱਠ ਕੇ ਆ ਕੇ ਉਹਨੂੰ ਪਿਆਰ ਦਿੱਤਾ ਆ। ਸੋ ਮੈਂ ਸਮਝਦਾ ਕਿ ਬੜੀ ਵੱਡੀ ਇਹ ਗੱਲ ਹੁੰਦੀ ਆ ਕਿ ਕੋਈ ਤੁਹਾਨੂੰ ਪਿਆਰ ਕਰੇ। ਅੱਜ ਦੀ ਡੇਟ 'ਚ ਤਾਂ ਪਿਆਰ ਵੈਸੇ ਬੜੀ ਕੀਮਤੀ ਔਰ ਬੜੀ ਵਡਮੁੱਲੀ ਚੀਜ਼ ਮੇਰੇ ਖਿਆਲ ਤੋਂ ਸਭ ਤੋਂ ਔਖਾ ਭਾਈ ਇਹ ਲੱਭਣਾ ਕਿਉਂਕਿ ਬੜੀ ਨੈਗੇਟਿਵਿਟੀ ਦੇ ਅਰਾਊਂਡ ਤੁਹਾਨੂੰ ਇਹ ਚੀਜ਼ਾਂ ਨਾ ਪਹਿਲਾਂ ਪਿਆਰ ਹਰ ਕਿਸੇ ਥਾਂ 'ਤੇ ਸਾਨੂੰ ਮਿਲ ਜਾਂਦਾ ਸੀਗਾ, ਅੱਜ ਸਾਨੂੰ ਲੱਭਣਾ ਪੈਂਦਾ ਕਿ ਬਈ ਕਿਤੋਂ ਪਿਆਰ ਮਿਲ ਜਾਏ ਕਿਉਂਕਿ ਆਸੇ ਪਾਸੇ ਬੜੀ ਨੈਗੇਟਿਵਿਟੀ ਇਨਸਾਨ ਦੇ ਹੈਗੀ ਆ। ਆਮ ਬੰਦੇ ਦੀ ਜ਼ਿੰਦਗੀ 'ਚ ਵੈਸੇ ਹੀ, ਕਲਾਕਾਰ ਦੀ ਜ਼ਿੰਦਗੀ 'ਚ ਤਾਂ ਵੈਸੇ ਹੀ ਬਹੁਤ ਆ, ਬੜੀ ਸਾਰੀ ਹਰਡਲਸ ਸਾਹਮਣਾ ਕਰਨਾ ਪੈਂਦਾ। ਗੁੱਗੀ ਭਾਅ ਜੀ ਬਿਲਕੁਲ ਜੀ, ਆਰਟਿਸਟ ਲਈ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਜਦੋਂ ਲੋਕ ਆਪਣਾ ਪਿਆਰ ਸ਼ੋ ਕਰਨ ਲਈ ਤਰੀਕਾ ਲੱਭਣ ਵੀ ਮੈਂ ਕਿੱਦਾਂ ਦੱਸਾਂ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ। ਹੁਣ ਜਿਹੜੇ ਬੰਦੇ ਨੇ ਰਿੰਗ ਲਾ ਕੇ ਦਿੱਤੀ, ਉਹਦਾ ਉਹ ਇੱਕ ਸਿੰਬਲ ਹੈ, ਰਿੰਗ ਦੀ ਕੀਮਤ ਦੀ ਗੱਲ ਨਹੀਂ ਹੈ, ਰਿੰਗ ਕਿੰਨੇ ਦੀ, 50-60-70 ਹਜ਼ਾਰ ਲੱਖ ਰੁਪਏ 2 ਲੱਖ ਦੀ ਹੋ ਸਕਦੀ ਹੈ, ਪਰ ਉਹ ਸਿੰਬਲ ਪਤਾ ਕਿਹੜੀ ਚੀਜ਼ ਹੈ ਕਿ ਹੁਣ ਉਹ ਵਿਚਾਰਾ ਬੈਠਾ ਕਿਡਨੀ ਤਾਂ ਕੱਢ ਕੇ ਦੇ ਨਹੀਂ ਸਕਦਾ ਆਪਣੀ, ਹਨਾ, ਵੀ ਉੱਥੋਂ ਮੋਢਾ ਲਾ ਕੇ ਦੇ ਦੇਵੇ ਵੀ ਇਹਨੂੰ ਲੈ ਜਾ। ਉਹ ਦੇਖ ਰਿਹਾ ਕਿ ਮੇਰੇ ਕੋਲ ਬਿਹਤਰ, ਲੋਕ 100-500 ਹਜ਼ਾਰ 2 ਹਜ਼ਾਰ ਵੀ ਸੁੱਟ ਰਹੇ ਨੇ, ਪਰ ਉਹ ਦੱਸਣਾ ਚਾਹ ਰਿਹਾ ਕਿ ਮੈਂ ਸਭ ਤੋਂ ਵੱਧ ਤੈਨੂੰ ਪਿਆਰ ਕਰਦਾ। ਅੱਛਾ, ਔਰਨਾਮੈਂਟ ਐਸੀ ਚੀਜ਼ ਹੁੰਦੀ ਉਹਦੇ ਨਾਲ ਤੁਹਾਡੀ ਕਿ ਇਮੋਸ਼ਨਲ ਅਟੈਚਮੈਂਟ ਵੀ ਹੁੰਦੀ ਹੈ ਜੀ, ਉਹ ਕੋਈ ਰਿੰਗ ਪਾਈ ਹੁੰਦੀ ਨਾ ਉਹ ਤੁਹਾਡੀ ਇਮੋਸ਼ਨਲ, ਕਈ ਜਿੱਦਾਂ ਹੁਣ ਇਹ ਘੜੀ ਇਹਨੇ ਬਣੀ, ਘੜੀ ਨਾਲ ਵੀ ਇਮੋਸ਼ਨਲ ਅਟੈਚਮੈਂਟ, ਮੇਰੀ ਉਹ ਕਿੱਥੇ ਗਈ ਘੜੀ, ਤੁਹਾਡੇ ਕੋਲ 100 ਘੜੀਆਂ ਹੁਣ ਤੁਸੀਂ ਚੁਣ ਕੇ ਪਾਉਂਦੇ ਹੋ, ਹੈ ਨਾ, ਉਹ ਲਾ ਕੇ ਦੇਣ ਦਾ ਮਤਲਬ ਕਿ ਮੇਰੇ ਕੋਲ ਇਸ ਸਮੇਂ ਜੋ ਮੇਰਾ ਬੈਸਟ ਹੈਗਾ ਮੈਂ ਤੈਨੂੰ ਉਹ ਅਰਪਿਤ ਕਰਦਾ। ਅਰਪਣ ਹੈ ਉਹ, ਉਹ ਵਾਰ ਕੇ ਪੈਸੇ ਨਹੀਂ ਸੁੱਟੇ ਗਏ, ਅਰਪਣ ਕੀਤਾ ਵੀ ਮੇਰੇ ਕੋਲ ਆ ਬੈਸਟ ਸੀ। ਉਹ ਮੇਰੇ ਖਿਆਲ ਨਾਲ ਕਿਸੇ ਆਰਟਿਸਟ ਦੀ ਸਭ ਤੋਂ ਵੱਧ ਕਮਾਈ ਐਸੀ ਹੈ, ਔਰ ਉਹ ਕਮਾਈ ਜੇ ਤਾਂ ਛਾਪਾ ਵੀ ਨਹੀਂ ਪੈ ਸਕਦਾ ਵੀ ਜਿਹਨੂੰ ਕੋਈ ਕਹੇ ਕਿ ਮੈਂ ਆ ਗਿਆ ਅਤੇ ਇਹਨੂੰ ਮੈਂ ਲੈ ਗਿਆ ਤੇਰੇ ਕੋਲੋਂ, ਜਾਂ ਉਹਨੂੰ ਕੋਈ ਅੱਗੋਂ ਵਿਰਾਸਤ ਵਿੱਚ ਮੈਂ ਆਪਣੇ ਬੱਚੇ ਨੂੰ ਨਹੀਂ ਦੇ ਸਕਦਾ ਵੀ ਆ ਤੂੰ ਲੈ ਲੈ ਮੇਰੀ ਕਮਾਈ, ਮੇਰੀ ਬਾਕੀ ਕਮਾਈ ਤਾਂ ਮੇਰੇ ਬੱਚੇ ਇੰਜੋਏ ਕਰ ਸਕਦੇ ਆ, ਪਰ ਮੇਰੀ ਜਿਹੜੀ ਇਹ ਕਮਾਈ ਹੈ ਨਾ ਇਹ ਮੇਰੀ ਇੰਡੀਵਿਜੁਅਲ ਹੈ, ਇਹ ਨਾ ਮੈਂ ਆਪਣੇ ਫਾਦਰ ਸਾਹਿਬ ਨੂੰ ਦੇ ਸਕਦਾ ਨਾ ਆਪਣੇ ਬੱਚੇ ਨੂੰ ਦੇ ਸਕਦਾ।